ਪੰਜਾਬ ਹਰਿਆਣਾ ਦੀ ਤਰ੍ਹਾਂ ਚੰਡੀਗੜ੍ਹ ਵਿੱਚ ਵੀ ਜਿਹੜੇ ਟੀਚਰਾਂ ਦੇ ਵੱਖ-ਵੱਖ ਜੁਨੀਨਾ ਐਸੋਸੀਏਸ਼ਨਾਂ ਬਣੀਆਂ ਹੋਈਆਂ ਸੀ ਪਰ ਚੰਡੀਗੜ੍ਹ ਵਿੱਚ ਅੱਜ ਇੱਕ ਬਖਰੀ ਡਿਵੈਲਪਮੈਂਟ ਹੋਈ ਹੈ ਡਿਵੈਲਪਮੈਂਟ ਇਹ ਹੋਈ ਹੈ ਚੰਡੀਗੜ੍ਹ ਚ ਜਿੰਨੀਆਂ ਟੀਚਰਾਂ ਦੀਆਂ ਜੁਨੀਨਾ ਜਾਂ ਐਸੋਸੀਏਸ਼ਨਾਂ ਸੀ ਉਹ ਸਾਰੀਆਂ ਇਕੱਠੀਆਂ ਹੋ ਗਈਆਂ ਮੈਂ ਚੰਡੀਗੜ੍ਹ ਚ ਸਾਰੇ ਟੀਚਰਾਂ ਨੇ ਚਾਹੇ ਉਹ ਕੰਟੈਕਟ ਤੇ ਸੀਗੇ ਚਾਹੇ ਉਹ ਰੈਗੂਲਰ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਵਰਕ ਚ ਕੰਮ ਕਰ ਰਹੇ ਨੇ ਉਹ ਅੱਜ ਇਕੱਠੇ ਹੋ ਗਏ ਨੇ ਜੁਆਇੰਟ ਐਕਸ਼ਨ ਜਿਹੜੀ ਆ ਜੁਆਇੰਟ ਟੀਚਰ ਐਸੋਸੀਏਸ਼ਨ ਜਿਹੜੀ ਆ ਉਹ ਬਣਾਈ ਗਈ ਆ ਤਾਂ ਕਿ ਇੱਕ ਲੜਾਈ ਜਿਹੜੀ ਆ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਲੜੀ ਜਾ ਸਕੇ ਤੇ ਸਾਡੇ ਨਾਲ ਟੀਚਰਸ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਰ ਕੀ ਰੀਜ਼ਨ ਕੀ ਸੀਗਾ ਕਿ ਸਾਨੂੰ ਇਕੱਠੇ ਹੋਣ ਲਈ ਮਜਬੂਰ ਹੋਣਾ ਪਿਆ ਇਕੱਠੇ ਹੋਣਾ ਪਿਆ ਸਰ ਇਹ ਇੱਕੋ ਦਮ ਨਹੀਂ ਹੋ ਗਿਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਦੇਨਿਕ ਸਵੇਰਾ ਦਾ ਤੇ ਤੁਸੀਂ ਬੜਾ ਅੱਛਾ ਸਵਾਲ ਕੀਤਾ ਕਿ ਆਪਾਂ ਇਕੱਠੇ ਕਿਉਂ ਹੋਏ ਆਂ ਇਹ ਇਕੱਠੇ ਇਕਦਮ ਨਹੀਂ ਹੋ ਗਏ ਸਾਨੂੰ ਕਈ ਸਾਲ ਦੇਖਦਿਆਂ ਹੋ ਗਏ ਸੀ ਕਿ ਚੰਡੀਗੜ੍ਹ ਦੇ ਵਿੱਚ ਇੱਕ ਬੜਾ ਗੈਪ ਦਿਖਦਾ ਸੀ ਟੀਚਰ ਰਿਪਰੈਜ਼ੈਂਟੇਸ਼ਨ ਦੇ ਵਿੱਚ ਜਦੋਂ ਵੀ ਕੋਈ ਚੰਡੀਗੜ੍ਹ ਦੇ ਟੀਚਰਾਂ ਦੇ ਕੋਈ ਮਸਲਾ ਖੜਾ ਹੁੰਦਾ ਸੀ ਤੇ ਵਕ ਵਕ ਟੀਚਰ ਯੂਨੀయన్స్ ਆਪੋ ਆਪਣੀ ਡਫਲੀ ਬਜਾਉਂਦੀਆਂ ਸੀ ਜਿਸ ਕਰਕੇ ਕੀ ਹੁੰਦਾ ਸੀ ਕਿ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਚੰਗੀ ਤਰ੍ਹਾਂ ਦੇ ਨਾਲ ਡਿਪਾਰਟਮੈਂਟ ਤੱਕ ਨਹੀਂ ਪਹੁੰਚ ਪਾਂਦੀਆਂ ਸੀ ਤੇ ਜਿਹੜੇ ਸਾਡੇ ਪੁਰਾਣੇ ਕੁਝ ਸਾਥੀ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਰਿਪਰੈਜ਼ੈਂਟ ਕਰਦੇ ਆਂ ਉਹਨਾਂ ਦੇ ਕਿਰਦਾਰ ਵੀ ਜਿਹੜੇ ਆ ਸਾਡੇ ਸਾਹਮਣੇ ਹੌਲੀ-ਹੌਲੀ ਆਉਂਦੇ ਰਹੇ ਤੇ ਜਿਹੜੀ ਇੱਕ ਭਾਵਨਾ ਦੀ ਸੋਚ ਬਣੀ ਹੈ ਕਿ ਇਕੱਠੇ ਹੋਣਾ ਚਾਹੀਦਾ ਇਹ ਕੋਈ ਇੱਕ ਦਿਨ ਦਾ ਉਪਰਾਲਾ ਨਹੀਂ ਹੈ ਸਾਨੂੰ ਇਹ ਕਰਦੇ ਗਏ 6 ਮਹੀਨੇ ਲੱਗੇ ਤੇ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਟੀਚਰਾਂ ਨੇ ਸਾਥ ਦਿੱਤਾ ਤੇ ਲਗਭਗ ਅਗਰ 3800 ਜਾਂ 3600 ਟੀਚਰ ਹੈ ਤੇ ਸਾਡੀ ਇਸ ਮੈਦਾਨ ਦੇ ਵਿੱਚ ਲਗਭਗ 1000 ਮੌਜੂਦ ਸੀ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਤੁਸੀਂ ਸਾਡੇ ਸਿਗਨੇਚਰਸ ਵੀ ਦੇਖ ਸਕਦੇ ਹੋ ਸਰ ਜਿੱਦਾਂ ਹੁਣ ਟੀਚਰ ਜਿਹੜੇ ਆ ਇਕੱਠੇ ਹੋ ਗਏ ਆ ਕੀ ਲੱਗਦਾ ਹੁਣ ਲੜਾਈ ਕੀ ਆ ਉਹ ਈਜ਼ੀ ਹੋ ਗਈ ਆ ਦੇਖੋ ਪਹਿਲਾਂ ਤਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਜੀਟੀਏ ਦੀ ਫਰਸਟ ਕਨਵੈਨਸ਼ਨ ਨੂੰ ਜਿਹੜਾ ਹੈ ਉਹ ਕਵਰ ਕਰਨ ਆਏ ਇਹ ਗੱਲ ਬਿਲਕੁਲ ਠੀਕ ਹੈ ਸਰ ਜਦੋਂ ਅਲੱਗ-ਅਲੱਗ ਡੱਫਲੀ ਵਜਾਵਾਂਗੇ ਤੇ ਉਹਦੀ ਆਵਾਜ਼ ਤੁਸੀਂ ਵੀ ਤੁਹਾਨੂੰ ਪਤਾ ਹੈ ਬਹੁਤ ਘੱਟ ਸੁਣੀ ਜਾਂਦੀ ਹੈ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਇਕੱਠੀ ਜੇ ਅਗਰ ਤਾਲੀ ਵਜਾਣ ਲੱਗ ਜਾਂਦੀ ਹੈ ਤੇ ਤਰਤੀ ਵੀ ਕੰਮਣ ਲੱਗ ਜਾਂਦੀ ਹੈ ਤੋ ਦੇਖੋ ਅਮਨੇ ਐਸੀ ਕਰਕੇ ਇਹ ਜਿਹੜਾ ਅਸੀਂ ਉਪਚਾਰ ਉਪਰਾਲਾ ਕੀਤਾ ਵੀ ਸਾਰਿਆਂ ਨੂੰ ਚਾਹੇ ਕੰਟਰੈਕਟ ਹੈ ਚਾਹੇ ਗੈਸਟ ਦਾ ਹੈ ਚਾਹੇ ਯੂਟੀ ਦਾ ਹੈ ਚਾਹੇ ਡਿਪੂਟੇਸ਼ਨ ਦਾ ਹੈ ਐਸਐਸਏ ਦਾ ਹੈ ਅਸੀਂ ਕਿਸੇ ਦਾ ਕੈਡਰ ਦਾ ਰੱਖਿਆ ਨਹੀਂ ਸਿਰਫ ਇੱਕੋ ਟੀਚ ਇੱਕੋ ਰੱਖਿਆ ਓਨਲੀ ਇਨ ਰਿਸਪੈਕਟ ਆਫ ਟੀਚਰ ਐਂਡ ਇਨ ਰਿਸਪੈਕਟ ਆਫ ਕੈਡਰ ਔਰ ਇਹ ਸਾਡਾ ਮੋਟੋ ਹੈ ਇਸ ਮੋਟੋ ਦੇ ਉੱਤੇ ਅਸੀਂ ਹਮੇਸ਼ਾ ਖੜੇ ਰਵਾਂਗੇ ਇਹ ਪ੍ਰੋਮਿਸ ਕਰਦੇ ਆ ਔਰ ਤੁਸੀਂ ਇੱਕ ਚੀਜ਼ ਆ ਦੇਖੋ ਫਸਟ ਟਾਈਮ ਇਨੀ ਟੀਚਰਸ ਦੀ ਕਿਸੇ ਦੀ ਗੈਦਰ ਛੱਡੋ 20% ਵੀ ਹਸਤੇ ਕਦੇ ਨਹੀਂ ਹੋਈ ਜਿਹੜੀ ਫਸਟ ਟਾਈਮ ਔਰ ਸਾਨੂੰ ਪੀਚਰਸ ਨੂੰ ਸਾਨੂੰ ਅਸੀਂ ਤਹਿ ਦਿਲ ਤੋਂ ਉਹਨਾਂ ਦਾ ਇੰਨਾ ਧੰਨਵਾਦ ਕਰਦੇ ਹਾਂ ਦਿਲ ਦੀ ਗਹਿਰਾਈਆਂ ਤੋਂ ਵੀ ਜੀਟੀਏ ਦਾ ਹਰ ਇੱਕ ਮੈਂਬਰ ਉਹਨਾਂ ਦੀ ਸਾਰੀ ਪ੍ਰੋਬਲਮ ਉਹਨਾਂ ਦੀ ਪਰਸਨਲ ਵੀ ਕੋਈ ਪ੍ਰੋਬਲਮ ਹੋਈ ਤਾਂ ਵੀ ਸਾਰੀ ਟੀਮ ਉਹਨਾਂ ਦੇ ਨਾਲ ਕਿਉਂਕਿ ਉਹ ਸਾਡੇ ਅਧਿਆਪਕ ਸਾਥੀ ਹੈ ਅਸੀਂ ਆ ਨਹੀਂ ਦੇਖਣਾ ਇਹਦਾ ਕੈਡਰ ਕੀ ਹੈ ਤੇ ਤੁਹਾਡੇ ਮਾਧਿਅਮ ਦਰਾਈ ਜਿਹੜੇ ਕੁਝ ਰਹਿ ਗਏ ਉਹਨਾਂ ਅਧਿਆਪਕ ਸਾਥੀਆਂ ਨੂੰ ਵੀ ਜੀ ਤੁਸੀਂ ਅੱਜ ਆਪਣੇ ਆਪ ਨੂੰ ਜਿਹੜਾ ਹੈ ਉਹ ਮਿਸ ਕਰੋਗੇ ਵੀ ਕਾਸ਼ ਅਸੀਂ ਵੀ ਹੱਤ ਜਾਂਦੇ ਇੰਨੇ ਵਧੀਆ ਈਵੈਂਟ ਦੇ ਵਿੱਚ ਤਾਂ ਨੈਕਸਟ ਟਾਈਮ ਉਹਨਾਂ ਨੂੰ ਵੀ ਸੀ ਇਨਵਾਈਟ ਕਰਦੇ ਆ ਦੂਜਾ ਸਾਡੀ ਕਿਸੇ ਦੇ ਨਾਲ ਸਰ ਕੋਈ ਲੜਾਈ ਨਹੀਂ ਹੈ ਅਗਰ ਕੋਈ ਦੂਜੀ ਐਸੋਸੀਏਸ਼ਨ ਟੀਚਰਸ ਦੀ ਰੀਅਲ ਇਸ਼ੂ ਚੱਕੇਗੀ ਬੈਨੀਫਿਟ ਵਾਲੇ ਚੱਕੇਗੀ ਓਪਨ ਮਾਈਂਡ ਨਾਲ ਉਹਨਾਂ ਦਾ ਸਪੋਰਟ ਕਰਾਂਗੇ ਪਰ ਕੈਡਰਵਾਰ ਦੀ ਕਰਕੇ ਅਗਰ ਕਿਸੇ ਨੂੰ ਡਰਾਣ ਧਮਕਾਣ ਦੀ ਤਾਂ ਫਿਰ ਦੂਜੇ ਤਰੀਕੇ ਦੇ ਨਾਲ ਉਹ ਵੀ ਅੱਗੇ ਆਉਣ ਨੂੰ ਸਿਆਰ ਰਹਿ ਗਿਆ ਅਸੀਂ ਨਾ ਤਾਂ ਕਿਸੇ ਨੂੰ ਡਰਾਇਆ ਨਾ ਡਰੇ ਤੇ ਨਾ ਡਰਾਣ ਦਿੰਦੇ ਆ ਵੀ ਸਾਡਾ ਇੱਕ ਦੂਜੋ ਜਿਹੜਾ ਜੀਟੀਆ ਦਾ ਖਾਸ ਮੋਟੋ ਹੈ ਸਰ ਧੰਨਵਾਦ ਰਹੇ ਜਿੱਦਾਂ ਐਸੋਸੀਏਸ਼ਨਾਂ ਜਾਂ ਜੁਨੀਨਾ ਬਣੀਆਂ ਹੋਈਆਂ ਕਿ ਸਰਕਾਰ ਚਾਹਦੀ ਹੈ ਵੀ ਬਖਵਖ ਛੋਟੀ ਛੋਟੀ ਜੁਨੀਨਾ ਬਣੀਆਂ ਰਹਿਣ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਦੱਬੀਆਂ ਰਹਿਣ ਸਰਕਾਰ ਦਾ ਵੀ ਇਸ ਚ ਰੋਲ ਰਹੰਦਾ ਵੀ ਬਖਵਖ ਜੁਨੀਨਾ ਬਣਾ ਕੇ ਐਕਚੁਅਲੀ ਕਿਸ ਕੋਈ ਵੀ ਸਰਕਾਰ ਹੋ ਚਾਹੇਗੀ ਤਾਂ ਉਹ یہی ਹੈ ਕਿ ਟੀਚਰਾਂ ਲੱਗ ਰਹੇ ਨੇ ਇਨਕੇ ਜੋ ਯੂਨੀਅਨਸ ਹੈ ਉਹ ਅਲੱਗ ਅਲੱਗ ਰਹਿਣਗੀ ਸੰਖਿਆ ਵਟ ਜਾਏਗੀ ਬਟ ਇਸ ਵਕਤ ਮੈਂ ਦੇਖ ਰਹਾ ਹੂੰ ਕਿ ਐਸਾ ਕੁਝ ਇਸ ਵਕਤ ਨਹੀਂ ਹੈ ਜੋ ਅਬੀ ਕੇ ਜੋ ਆਫੀਸਰਸ ਹੈ ਡੈਟਸਕੂਲ ਐਜੂਕੇਸ਼ਨ ਹੋਗੇ ਸੈਕਟਰੀ ਹੈ वो सीरियसली चाह रहे हैं कि इशू रिजॉल्व हो वो सीरियसली चाह रहे हैं कि आप रिप्रेजेंटेशन हमें दो हमें भी लगे कि आपकी रिप्रेजेंटेशन बैकिंग टीचर्स की है तो वो रिप्रेजेंटेशन हमारी रेडी होने वाली है आज साइन हो गए हैं वो रिप्रेजेंटेशन कल डायरेक्टर स्कूल एजुकेशन को दी जाएगी उसके बाद सेक्रेटरी को दी जाएगी और एडवाइजर गवर्नर उनके बाद उनको रिप्रेजेंटेशन दी जाएगी सिर्फ ये रिप्रेजेंटेशन नहीं होगी सिर्फ ये मांग पत्र नहीं है मांग पत्र तो इतने सालों से हम देख रहे हैं, जाते रहते हैं मांग पत्र जब तक मांग पत्र के साथ कोई लीगल बेस नहीं है सपोर्ट करने के लिए जो ऑफिशियल्स हैं जिन्होंने हमारी फाइल को मूव करना है उस डिसीजन लेना है हम उनको उस डिसीजन में हेल्प करेंगे ताकि उनका भी पेन चले अदरवाइज कोई क्लर्क नहीं जाता कि मैं कोई किसी ने डिमांड रखी मैं पूरी कर दूँ वो उसकी नौकरी पर खतरा आ जाएगा हम वो काम सॉल्व करेंगे उसको हम फैक्ट्स देंगे बेस देंगे जिसके ऊपर वो फाइल क्लियर करेगा और डिसीजन हमारे फेवर में आएगा ਟੀਚਰਾਂ ਦੀ ਪ੍ਰੋਬਲਮ ਦੂਰ ਹੋ ਗਈ ਇਸ ਨਾਲ ਮੈਮ ਜਿਵੇਂ ਚੰਡੀਗੜ੍ਹ ਚ ਦਾ ਟੀਚਰ ਜਿਹੜੇ ਆ ਸਾਰੇ ਇਕੱਠੇ ਹੋ ਗਏ ਇੱਕ ਬੈਨਰ ਥੱਲੇ ਆ ਗਿਆ ਇਹ ਇਹ ਸਿਰਫ ਚੰਡੀਗੜ੍ਹ ਦੀ ਪ੍ਰੋਬਲਮ ਨਹੀਂ ਹੈ ਇਹ ਪੰਜਾਬ ਹਰਿਆਣਾ ਹਰ ਸਟੇਟਾਂ ਚ ਸੇਮ ਹੀ ਸਥਿਤੀ ਸੀਗੀ ਪਰ ਚੰਡੀਗੜ੍ਹ ਨੇ ਜਿਹੜਾ ਉਹ ਬਿਹਤਰ ਜਿਹੜਾ ਉਪਰਾਲਾ ਕੀਤਾ ਸੋ ਨੂੰ ਕੀ ਲੱਗਦਾ ਪੰਜਾਬ ਹਰਿਆਣਾ ਚ ਜਾਂ ਹੋਰ ਸਟੇਟਾਂ ਚ ਵੀ ਇਸ ਤਰ੍ਹਾਂ ਦਾ ਉਪਰਾਲਾ ਹੋਣਾ ਚਾਹੀਦਾ ਤਾਂ ਕਿ ਜਿਹੜੀ ਇਹ ਲੜਾਈ ਹੈ ਈਜ਼ੀ ਹੋ ਸਕੇ बहुत बहुत शुक्रिया आपने बहुत बड़ा अच्छा क्वेश्चन मेरे से पूछा है सर पहली बात तो मैं ये बता दूं कि स्टेट्स की जो यूनियन है बहुत ही स्ट्रॉन्ग रही है हमारे यहाँ चंडीगढ़ में पहले बिखरी बिखरी थी जैसा कि मैंने कविता में भी बताया था कि मोती सारे बिखर गए हैं टीचर अध्यापक एक अपने आप में डायमंड होता है अगर वो डायमंड बिखर गए तो उनकी कोई वैल्यू नहीं रहती लेकिन अब आपने देखा कि वो सारे जुड़ गए हैं और जुड़ने के बाद वो एक बहुत खूबसूरत सा हार उन्होंने बना लिया है तो चंडीगढ़ एजुकेशन के मामले में जब सबके आगे है तो क्यों ना हम बाकी देश के अदर अदर स्टेट्स को ये मैसेज दें कि भाई ये देखिए ये है चंडीगढ़ की यूनियन हम लोग हमेशा अच्छे के साथ रहेंगे सही के साथ रहेंगे गलत का विरोध करेंगे अभी थोड़ी देर पहले सर ने ये भी बताया था कि जो हमारे अधिक अधिकारी हैं अभी जो विराजमान हैं डीएससी सर हैं हमारी एजुकेशन सेक्रेटरी मैम है डीओ मैम है वो सारे ही बहुत पॉजिटिव हैं तो उनका विरोध करने का तो बात ही नहीं बनती सर हम उनकी छत्र छाया में ही काम करेंगे उनके सहयोग से करेंगे हाँ कहीं अड़चन आएगी तो फिर तो हम विरोध भी करेंगे सरकारें या एडमिनिस्ट्रेशन लगातार ये बहाना करती हैं या ये कहती हैं कि एसोसिएशन जो यूनिन है नहीं है, ये सिर्फ नजायज अपनी मांगे मनवाने के लिए बनाई जाती हैं अगर कोई जायज होगी तो हम वैसे ही करते रहते हैं तो इसमें कितना कदम है देखिए जो मांग है ये तो जायज ही है और जैसे अरविंद सर ने कहा कि जो भी हम मांग करेंगे उसमें लॉ को ध्यान में रखा जाएगा उसका लीगल एस्पेक्ट जो है वो ध्यान में रखा जाएगा तो जब हम उस लीगल एस्पेक्ट को सामने रखते हुए अपनी डिमांड पेश करेंगे तो हमारा जो प्रशासन है उसको डेफिनेटली सुनेगा सर सुन। ऐसी कोई बात नहीं है आपको लगता है अब जो लड़ाई है वो हो होगी है थैंक यू सर बिल्कुल इजी हो गया सर सबसे पहले सबके मकसद सिर्फ यही था कि जो प्राचीन काल में हम लोगों का दर्जा था ना चाहे वो द्रोणाचार्य का इक्लव्य के लिए था चाहे वो दुर्वासा को गुस्से में था सिर्फ़ एक चीज़ होती थी बच्चों का बेस्ट ऑफ द तो ये जो हम लोगों को अलग अलग इन्होंने डेजिग्नेशन दे के बांट दिया था ना तो ये कन्फ्यूज़न टीचर के मन में बैठ गई थी माइंड कुछ अलग भी हो गया था तो इस चीज़ को दूर करने के लिए या ये जो सब आप हम इकट्ठे हुए हैं ना हम ये मैम ने बिल्कुल सही बात बोली है कि मोती अब जो है इकट्ठे हुए हैं और हार बन गया है और ये हार सभी टीचर के लिए एक जैसी ही वैल्यू रखेगा और हम चाहते हैं कि जैसे ही हमारे ये मुद्दे सॉल्व हों स्टेट में नहीं एज ए चंडीगढ़ एग्ज़ाम्पल बने बाकी स्टेट्स के लिए اور ان فیوچر اپ دیکھیں گے سر ان فیوچر ج ٹی اے کی ایگزامپلز اپ باقی سٹیٹس میں بھی سنیں گے جہاں جہاں جائیں گے تو ہمیں پوری امید ہے کہ آنے والے ٹائم میں ج ٹی اے ایسے لینڈ مارک دے گا کہ سبھی ج ٹی اے کی صرف चंडीगढ़ میں نہیں باقی سٹیٹس اور ہو سکتا ہے دھیرے دھیرے نیشنل لیول تک ج ٹی اے کا نام جائے ج ٹی اے سر جدوں ਤੁਸੀਂ بنائی ہے ایک یہ بھی ধারণা چلدی رہندی ہے کہ جتنے نہ جونیئر ہوندے ہیں جونیئر دے جڑے پتہ ادھیکاری ہوندے ہیں ਉਹ ਇੱਕ ਆਪ ਕੰਮ ਨਹੀਂ ਕਰਦੇ ਇੱਕ ਕੰਮ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਦੂਜਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ 2-4 ਪੈਸੇ ਵੀ ਅਸੀਂ ਇਹ ਮੈਂਬਰਾਂ ਦੇ ਨਾਮ ਤੋਂ ਇਕੱਠੇ ਕਰ ਲੀਏ ਇਸ 'ਚ ਕਿੰਨੀ ਕਿ ਸੱਚਾਈ ਆ ਇਹ ਜੋ ਬਾਤ ਹੈ ਕਿ ਹੋ ਸਕਦਾ ਹੈ ਐਕਸੈਪਸ਼ਨਲ ਕੇਸਿਸ ਵਿੱਚ ਕੁਝ ਐਸਾ ਹੋਗਾ ਲੇਕਿਨ ہماری ਜੋ ਜੀਟੀਆ ਦਾ ਗਠਨ ਹੈ ਇਸ ਸੇ ਕੁਝੋਂ ਦੂਰ ਰਹੇਗਾ यहाँ पर किसी से कोई पैसे इकट्ठे नहीं किए जाएंगे और जहाँ तक काम करने की बात है हमने यहाँ पर अपने उद्बोधन में भी कहा है कि हम शिक्षा की गुणवत्ता को भी ध्यान में रख करके के काम करेंगे सिर्फ ये नहीं है कि हम मांगे मांगेंगे मांगे मनवाएंगे अपनी डिमांडें पूरी करेंगे हमने ये भी देखना है कि जो हमारा पेशा है उसके प्रति हम ईमानदार रहे और दो दो उसके दो दो प्रति दो दो दो। हमारी जो रुचि है वो इतनी ज़्यादा बनी रहे ताकि जो हमारी पब्लिक है उनको लगे कि जो अध्यापक का व्यक्तित्व है वह उसी रूप में रहना चाहिए हमारा कोई सिर्फ लीडर बन करके अपना जीवन यापन करना हमारा लक्ष्य नहीं है थैंक यू यह थी जॉइंट टीचर एसोसिएशन और यह पहली बार हुआ चंडीगढ़ में ਤੁਸੀਂ ਪੰਜਾਬ ਹਰਿਆਣਾ ਚ ਬੜੀਆਂ ਟੀਚਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਯੂਨੀਅਨਾਂ ਦੇਖੀਆਂ ਆਉਣੀਆਂ ਇਹ चंडीगढ़ ਚ ਵੀ ਸੀਗੀਆਂ ਇਦਾਂ ਨਹੀਂ ਕਹਿੰਦਾ ਵੀ ਚੰਡੀਗੜ੍ਹ ਚ ਨਹੀਂ ਸੀਗੀਆਂ ਚੰਡੀਗੜ੍ਹ ਚ ਵੀ ਸੀਗੀਆਂ ਪਰ ਉਹਨਾਂ ਚ ਆਪਸ ਚ ਵੀ ਲੜਾਈ ਸੀ ਐਡਮਿਨਿਸਟ੍ਰੇਸ਼ਨ ਨਾਲ ਵੀ ਲੜਾਈ ਸੀ ਪਰ ਚੰਡੀਗੜ੍ਹ ਵਿੱਚ ਅੱਜ ਪਹਿਲੀ ਵਾਰ ਹੋਇਆ ਹੈ ਜੁਆਇੰਟ ਟੀਚਰਸ ਐਸੋਸੀਏਸ਼ਨ ਬਣੀ ਆ ਜਿਸ ਵਿੱਚ ਜਿੰਨੇ ਵੀ ਐਸੋਸੀਏਸ਼ਨਾਂ ਅਤੇ ਜੂਨੀਅਰਾਂ ਸੀਗੀਆਂ ਸਾਰੀਆਂ ਇਸ ਬੈਨਰ ਥੱਲੇ ਆ ਗਈਆਂ ਔਰ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਲੜਾਈ ਆ ਉਹ ਜੁਆਇੰਟਲੀ ਲੜੀ ਜਾਏਗੀ ਔਰ ਦੂਜੀ ਗੱਲ ਇਹ ਆ ਜਿਹੜੀ ਇਹ ਲੜਾਈ ਹੈ ਇਹ ਇੱਥੇ ਕਿਸ ਦੇ ਉੱਤੇ ਲੜੀ ਜਾਏਗੀ ਇਹ ਨਹੀਂ ਵੀ ਬੇਕਾਰ ਦੀਆਂ ਜਿਹੜੀਆਂ ਧਮਕੀਆਂ ਆ ਜਾਂ ਹੋਰ ਦੇ ਕੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਏਗੀ ਬਲਕਿ ਉਹਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਆਉਣ ਵਾਲੇ ਸਮੇਂ ਚ ਰਿਜ਼ਲਟ ਜਿਹੜੇ ਆ ਹੋਰ ਬਿਹਤਰ ਆ ਸਕਣ ਮੈਂ ਦਿਨੇਸ਼ ਕੋਲ ਕੈਮਰਾਮੈਨ ਦੀਪਕ ਦੇ ਨਾਲ ਦੈਨਿਕ ਸੋਹਰਾ ਟੀਵੀ ਲਈ ਚੰਡੀਗੜ੍ਹ ਤੋਂ